ਮੇਰੇ ਸਭ ਸਾਰੇ ਦੋਸਤਾਂ ਨੂੰ ਜਿਹੜੇ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਇਹ ਮਸੀਤ ਜਿਹੜੀ ਹੈ ਬੜੀ ਪੁਰਾਣੀ ਹੈ ਅਤੇ ਇਹ ਪਹਿਲਾਂ ਸਿੱਖ ਭਾਈਚਾਰੇ ਕੋਲ ਸੀ ਅਤੇ ਸਾਲ ਕੁ ਪਹਿਲਾਂ ਇਹ ਮਸੀਤ ਜਿਹੜੀ ਹੈ ਇਹ ਮੁਸਲਿਮ ਭਾਈਚਾਰੇ ਨੂੰ ਸੰਭਾਲ ਦਿੱਤੀ ਗਈ ਸੀ ਅਤੇ ਉਹਨਾਂ ਨੇ ਇਹਦੀ ਮੁਰੰਮਤ ਕਰਕੇ ਅਤੇ ਇਹਨੂੰ ਨਵਾਂ ਰੂਪ ਦਿੱਤਾ ਜੋ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੁੰਦਰ ਲੱਗ ਰਿਹਾ ਅਤੇ ਇੱਕ ਪੁਰਾਣੀ ਇਹਦੀ ਸ਼ਾਨ ਜਿਹੜੀ ਸੀ ਕਿਉਂਕਿ ਅਸੀਂ ਇਹਦੀ ਬਚਪਨ 'ਚ ਇਹਦੀ ਜਿਹੜੀ ਅਸਲ ਸ਼ਾਨ ਹੈ ਉਹ ਵੇਖੀ ਸੀ ਅਤੇ ਉਹਦੇ ਵਰਗੀ ਹੀ ਸ਼ਾਨ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਬਹੁਤ ਅੱਛਾ ਯਤਨ ਹੈ ਇਹਦੇ 'ਚ ਜਿੰਨਾ ਕੁ ਸਾਡਾ ਯੋਗਦਾਨ ਪੈ ਸਕਦਾ ਸੀ ਅਸੀਂ ਵੀ ਕੋਸ਼ਿਸ਼ ਕੀਤੀ ਹੈ ਅਤੇ ਇਹ ਸਾਡੇ ਭਾਈ ਸਾਹਿਬ ਦਰਸ਼ਨ ਖਾਂ ਜੀ ਅਤੇ ਕਾਕਾ ਸਰਾਜ ਅਤੇ ਇਹਨਾਂ ਨੇ ਸਾਰੀ ਮਿਹਨਤ ਸਦਕਾ ਹੋਇਆ ਹੈ ਅਤੇ ਬਹੁਤ ਦਿਲ ਖੁਸ਼ ਹੋਇਆ ਅੱਜ ਇਸ ਨੂੰ ਵੇਖ ਕੇ ਅਤੇ ਇਸ ਕਰਕੇ ਮੈਂ ਇਹਦੀ ਮੂਵੀ ਬਣਾ ਕੇ ਸਾਰੀਆਂ ਸੰਗਤਾਂ ਨੂੰ ਪੇਸ਼ ਕਰਾਂਗਾ ਅਤੇ ਇਹ ਜਿਹੜਾ ਇਹਦਾ ਅੰਦਰੂਨ 'ਚ ਉਹ ਜਿਹੜਾ ਉੱਪਰ ਫੁੱਲ ਨਜ਼ਰ ਆ ਰਿਹਾ ਹੈ ਉਹ ਇਹਦਾ ਅਸਲੀ ਫੁੱਲ ਹੈ ਉਹਨੂੰ ਬਿਲਕੁਲ ਨਹੀਂ ਛੇੜਿਆ ਗਿਆ ਔਰ ਉਹਨੂੰ ਵੀ ਸਾਫ਼ ਸੁਥਰਾ ਕਰਕੇ ਬਹਾਲ ਕੀਤਾ ਗਿਆ ਅਤੇ ਇਹ ਜਿਹੜੀ ਆਹ ਬਾਕੀ ਰਿਪੇਅਰ ਕਰਕੇ ਅਤੇ ਇਹਦਾ ਸਾਰਾ ਕੁਝ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਅੱਜ ਇਹ ਬਹੁਤ ਸੁੰਦਰ ਅਸਥਾਨ ਲੱਗ ਰਿਹਾ ਅਤੇ ਹੁਣ ਸਾਡੇ ਮੁਸਲਮਾਨ ਭਰਾ ਇੱਥੇ ਨਮਾਜ਼ ਅਦਾ ਕਰਦੇ ਨੇ ਅਤੇ ਬਹੁਤ ਸੋਹਣਾ ਬਣ ਗਿਆ ਹੈ ਇਹ ਦਰਵਾਜ਼ੇ ਲਾਏ ਗਏ ਹਨ ਦੁਆਰਾ ਬਹੁਤ ਵਧੀਆ ਬਣਾਇਆ ਗਿਆ ਅਤੇ ਇਹਨਾਂ ਨੂੰ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਜੋ ਇਹਨਾਂ ਨੇ ਆਪਣਾ ਧਾਰਮਿਕ ਸਥਾਨ ਦੁਬਾਰਾ ਫਿਰ ਤਿਆਰ ਕਰ ਲਿਆ ਇਹਦੇ 'ਤੇ ਬਹੁਤ ਸੁੰਦਰ ਕਲਾਕਾਰੀ ਪਹਿਲਾਂ ਹੋਈ ਹੋਈ ਹੈ ਔਰ ਉਸ ਨੂੰ ਬੜਾ ਉਭਾਰ ਕੇ ਪੁਰਾਣੀ ਚੀਜ਼ ਨੂੰ ਹੀ ਰਿਸਟੋਰ ਕੀਤਾ ਗਿਆ ਉਹਨੂੰ ਕਾਇਮ ਰੱਖਿਆ ਗਿਆ ਹੈ ਤਾਂ ਜੋ ਕਿ ਸਾਡੀ ਪੁਰਾਣੀ ਨਿਸ਼ਾਨੀ ਸਾਡੇ ਕੋਲ ਬਣੀ ਰਹੇ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਸੁੰਦਰ ਲੱਗ ਰਿਹਾ ਹੈ।